ਸਭਾ ਚੋਣਾਂ 2019 ਲਈ ਪੰਜਾਬ ਵਿੱਚ 19 ਮਈ ਨੂੰ ਵੋਟਾਂ ਪੈਣਗੀਆਂ। ਆਓ ਉਸ ਤੋਂ ਪਹਿਲਾਂ ਅੱਜ ਦੇ ਨੌਜਵਾਨਾਂ ਤੋਂ ਜਾਣਦੇ ਹਾਂ ਕਿ ਅੱਜ ਦਾ ਯੁਵਾ ਕੀ ਸੋਚ ਰਿਹਾ ਹੈ ਆਪਣੇ ਬਾਰੇ, ਆਪਣੇ ਸ਼ਹਿਰ ਬਾਰੇ ਅਤੇ ਆਪਣੇ ਪੰਜਾਬ ਬਾਰੇ। ਤੁਹਾਡਾ ਨਾਮ? ਯੁਵਰਾਜ ਸਿੰਘ ਜੀ। ਕੀ ਕਰਦੇ ਹੋ ਤੁਸੀਂ? ਇੱਥੇ ਪੜ੍ਹਦੇ, ਫਾਈਨਲ ਈਅਰ ਦੇ ਸਟੂਡੈਂਟ ਹਾਂ। ਫਾਈਨਲ ਈਅਰ ਦੇ ਸਟੂਡੈਂਟ ਹੋ, ਤੁਸੀਂ ਕੀ ਸੋਚਦੇ ਹੋ ਕਿ ਪੰਜਾਬ ਵਿੱਚ ਜਿਹੜੀਆਂ ਇਲੈਕਸ਼ਨ ਆ ਰਹੀਆਂ ਨੇ 19 ਮਈ ਨੂੰ, ਤੁਸੀਂ ਕਿਸ ਨੂੰ ਵੋਟ ਦੇਣਾ ਚਾਹੋਗੇ, ਕਿਵੇਂ ਜਾਂ ਕੀ ਸੋਚਦੇ ਹੋ ਕਿ ਪੰਜਾਬ ਵਿੱਚ ਕਿਸ ਤਰ੍ਹਾਂ ਦਾ ਬਦਲਾਵ ਆਉਣਾ ਚਾਹੀਦਾ, ਕਿਸ ਤਰ੍ਹਾਂ ਦੀ ਸਰਕਾਰ ਆਉਣੀ ਚਾਹੀਦੀ ਜੋ ਕੀ ਕੰਮ ਕਰ ਸਕੇ? ਕਿਉਂਕਿ ਸਾਡੇ ਤਾਂ ਫਾਰਮਰ ਹੀ ਆ, ਸਾਰੇ ਐਗਰੀਕਲਚਰ ਨੂੰ ਬਿਲੋਂਗ ਕਰਦੇ, ਵੀ ਉਹੀ ਕਰਾਂਗੇ ਵੀ ਜਿਹੜਾ ਥੋੜ੍ਹਾ ਐਗਰੀਕਲਚਰ ਨੂੰ ਵਧਾਵਾ ਦੇ। ਵੀ ਕਿਸਾਨਾਂ ਬਾਰੇ? ਕਿਸਾਨਾਂ ਬਾਰੇ, ਹਾਂਜੀ, ਕਿਸਾਨਾਂ ਨੂੰ ਥੋੜ੍ਹਾ ਜਿਹਾ, ਕਿਉਂਕਿ ਕਿਸਾਨਾਂ ਦੀ ਹਾਲਤ ਬਹੁਤ ਮਾੜੀ ਹੋ ਗਈ ਆ ਥੋੜ੍ਹੇ ਟਾਈਮ ਤੋਂ ਪੰਜਾਬ ਦੇ ਵਿੱਚ, ਤਾਂ ਜਿਹੜਾ ਉਹਨਾਂ ਨੂੰ ਵੀ ਸਪੋਰਟ ਕਰ ਸਕੇ, ਉਹਨਾਂ ਨੂੰ ਦੇਵਾਂਗੇ ਜੀ ਵੋਟ। ਤੁਹਾਨੂੰ ਕੀ ਲੱਗਦਾ, ਹੁਣ ਤੱਕ ਜਿਹੜੀਆਂ ਰਵਾਇਤੀ ਪਾਰਟੀਜ਼ ਨੇ, ਚਾਹੇ ਉਹ ਅਕਾਲੀ ਬੀਜੇਪੀ ਹੋਵੇ ਜਾਂ ਕਾਂਗਰਸ ਹੋਵੇ, ਇਹਨਾਂ ਨੇ ਹੁਣ ਤੱਕ ਕਿਸਾਨਾਂ ਲਈ, ਕਿਸਾਨੀ ਲਈ ਕੁਛ ਕੰਮ ਕੀਤਾ ਹੈ? ਹਾਂਜੀ, ਥੋੜ੍ਹਾ ਜਿਹਾ ਬਸ ਐਵਰੇਜ ਜਿਹਾ ਕੰਮ ਹੀ ਕਹਿ ਸਕਦੇ, ਐਵਰੇਜ ਜਿਹਾ ਕੰਮ ਹੀ ਕੀਤਾ, ਵੀ ਕੋਈ ਵਾਧਾ ਬੋਲਾ ਨਹੀਂ ਕੀਤਾ, ਨਾ ਥੋੜ੍ਹਾ ਵੀ ਨਹੀਂ ਕਹਿ ਸਕਦੇ, ਪਰ ਐਵਰੇਜ ਜਿਹਾ ਕੰਮ ਹੀ ਕੀਤਾ ਜੀ। ਪਰ ਅਸੀਂ ਸੁਣਿਆ ਜਿਵੇਂ ਬਹੁਤ ਦੇਖਦੇ ਵੀ ਹਾਂ ਕਿ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਨੇ ਦੋਨਾਂ ਦੇ ਰਾਜ ਵਿੱਚ, ਅਤੇ ਇਹਦੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਕੀ ਬਦਲਾਵ ਲਿਆਉਣਾ ਚਾਹੀਦਾ ਉਹਨਾਂ ਨੂੰ? ਥੋੜ੍ਹਾ ਫਸਲਾਂ ਦੇ ਰੇਟ ਸਹੀ ਮਿਲਣੀ, ਅਤੇ ਸਬਸਿਡੀਆਂ ਮਿਲਣਾ, ਹੋਰ ਆਪਾਂ ਨੂੰ ਕਿਸਾਨੀ ਸੰਦਾਂ ਦੇ ਜਾਂ ਬੀਆਂ 'ਤੇ ਵੀ ਕਿਸਾਨੀ ਲਈ ਸਪੋਰਟ ਹੋਵੇ, ਤਾਂ ਆਪਾਂ ਜਿਹੜਾ ਆਪਾਂ ਨੂੰ ਚੰਗਾ ਲੱਗੂ ਵੀ ਕਿਸਾਨ ਨੂੰ ਸਪੋਰਟ ਕਰਦਾ, ਆਪਾਂ ਉਹਨੂੰ ਵੋਟ ਪਾ ਦਾਂਗੇ। ਅਤੇ ਇਹ ਤੁਸੀਂ ਕਿਵੇਂ ਡਿਸਾਈਡ ਕਰੋਗੇ? ਤੁਸੀਂ ਯੂਥ ਹੋ, ਤੁਸੀਂ ਕੀ ਸੋਚਦੇ ਹੋ, ਕਿਵੇਂ ਡਿਸਾਈਡ ਕਰੋਗੇ ਕਿ ਕਿਹਨੂੰ ਅੱਗੇ ਆਉਣਾ ਚਾਹੀਦਾ, ਕਿਹੜੀ ਰਵਾਇਤੀ ਪਾਰਟੀਆਂ ਜਾਂ ਕੋਈ ਕਿਸੇ ਤੀਜੇ ਫਰੰਟ ਨੂੰ ਵੀ ਤੁਸੀਂ ਚਾਹੋਗੇ ਕਿ ਉਹ ਅੱਗੇ ਆਵੇ? ਤੀਜਾ ਫਰੰਟ ਤਾਂ ਨਹੀਂ ਕੁਛ ਉਹਨਾਂ ਦੋਵਾਂ 'ਚ ਦੇਖਾਂਗੇ, ਕਿਉਂਕਿ ਤੀਜੇ ਫਰੰਟ ਤਾਂ ਕੁਛ ਬਣਨਾ ਤਾਂ ਹੈ ਨਹੀਂ ਅੱਗੇ ਜਾ ਕੇ, ਅੱਗੇ ਵੀ ਦੇਖ ਲਿਆ, ਅਤੇ ਹੁਣ ਉਹਨਾਂ ਦੋਵਾਂ 'ਚ ਹੀ ਦੇਖਾਂਗੇ ਵੀ ਕਿਹਨੂੰ ਵੋਟ ਪਾਉਣੀ। ਤੁਸੀਂ ਕੀ ਸੋਚਦੇ ਹੋ ਕਿ ਪੰਜਾਬ ਦੇ ਹਾਲਾਤ ਕੌਣ ਬਦਲਣ ਵਿੱਚ ਆਪਣਾ ਵਧੀਆ ਭੂਮਿਕਾ ਨਿਭਾ ਸਕਦਾ? ਮੈਮ, ਮੇਰੇ ਹਿਸਾਬ ਨਾਲ ਯੂਥ ਨੂੰ ਹੀ ਅੱਗੇ ਆਉਣਾ ਚਾਹੀਦਾ, ਅਤੇ ਉਹਨੂੰ ਚੂਜ਼ ਕਰਨਾ ਚਾਹੀਦਾ ਜਿਹੜੇ ਸਾਨੂੰ ਡਿਵੈਲਪਮੈਂਟ ਦੇਣ, ਸਿਕਿਉਰਿਟੀ ਦੇਣ, ਅਤੇ ਮੇਰਾ ਬਸ ਯੂਥ ਨੂੰ ਇਹੀ ਮੈਸੇਜ ਹੈ ਕਿ ਆਪਣੇ ਪੰਜਾਬ ਦੀ ਯੂਥ ਬਹੁਤ ਹੀ ਮਿਹਨਤੀ ਹੈ, ਅਤੇ ਉਹ ਇੱਥੇ ਕੁਛ ਨਹੀਂ ਕਰਦੀ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਕੇ ਬਹੁਤ ਮਿਹਨਤ ਕਰਦੀ ਹੈ, ਪਰ ਅਗਰ ਉਹ ਇਹੀ ਮਿਹਨਤ ਆਪਣੇ ਪੰਜਾਬ 'ਚ ਕਰਨ, ਆਪਣੇ ਦੇਸ਼ ਨੂੰ ਅੱਗੇ ਵਧਾਉਣ ਲਈ ਕਰਨ, ਤਾਂ ਬਹੁਤ ਵਧੀਆ ਹੋਊਗਾ। ਉਹਨਾਂ ਨੂੰ ਉਹੀ ਮਿਹਨਤ ਜਿਹੜੇ ਬਾਹਰ ਜਾ ਕੇ ਕਰਦੇ, ਉਹਨੂੰ ਉਹੀ ਇੱਥੇ ਕਰਨੀ ਚਾਹੀਦੀ, ਇੱਥੇ ਵੀ ਬਹੁਤ ਸਕੋਪ ਹੈ, ਆਪਣਾ ਇੰਡੀਆ ਬਹੁਤ ਅੱਗੇ ਪ੍ਰੋਗਰੈਸ ਕਰ ਰਿਹਾ ਅੱਜ ਦੀ ਡੇਟ 'ਚ, ਇੱਦਾਂ ਦੀ ਗੱਲ ਨਹੀਂ, ਇੰਡੀਆ 'ਚ ਬਹੁਤ ਜ਼ਿਆਦਾ ਓਪਰਚੁਨਿਟੀਜ਼ ਨੇ, ਤਾਂ ਤੁਸੀਂ ਇੱਥੇ ਰਹੋ, ਆਪਣੀ ਮਿਹਨਤ ਕਰੋ ਅਤੇ ਆਪਣੇ ਪੰਜਾਬ ਨੂੰ ਅੱਗੇ ਵਧਾਓ, ਆਪਣੇ ਘਰ ਨੂੰ ਛੱਡ ਕੇ ਨਾ ਜਾਓ, ਇਹ ਮੇਰਾ ਸਭ ਤੋਂ ਵੱਡਾ ਮੈਸੇਜ ਹੈ। ਅਤੇ ਜੋ ਅਵੇਅਰਨੈਸ ਹੈ ਯੂਥ ਨੂੰ ਕਿ ਆਪਣੇ ਦੇਸ਼ ਲਈ ਵਿੱਚ ਕੰਮ ਕਰਨ ਵਾਸਤੇ ਉਹਨਾਂ ਨੂੰ ਜੋ ਓਪਰਚੁਨਿਟੀਜ਼ ਚਾਹੀਦੀਆਂ ਨੇ, ਜ਼ਿਆਦਾਤਰ ਯੂਥ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਓਪਰਚੁਨਿਟੀਜ਼ ਨਹੀਂ ਮਿਲਦੀਆਂ, ਜਿਹਦੇ ਕਰਕੇ ਉਹ ਬਾਹਰ ਜਾਂਦੇ ਨੇ। ਮੈਮ, ਉਹਦਾ ਇਹਦੇ ਗੱਲ ਦਾ ਇਹ ਜਵਾਬ ਹੈ, ਦੇਖੋ ਓਪਰਚੁਨਿਟੀਜ਼ ਹਰ ਜਗ੍ਹਾ, ਪਰ ਜਿਹੜੇ ਅੱਜ ਕੱਲ੍ਹ ਦੇ ਯੂਥ ਨੇ ਉਹ ਕਹਿੰਦੇ ਕਿ ਅਸੀਂ ਇੱਥੇ ਮਿਹਨਤ ਨਹੀਂ ਕਰਨੀ, ਅਸੀਂ ਬਾਹਰ ਜਾ ਕੇ ਹਰ ਚੀਜ਼ ਕਰ ਲੈਣੀ, ਇੱਥੇ ਕਿਸੇ ਨੇ ਗਲਾਸ ਪਾਣੀ ਤਾਂ ਉਠਾਉਣਾ ਨਹੀਂ ਹੈ, ਪਰ ਬਾਹਰ ਜਾ ਕੇ ਲੋਕ ਸਭ ਕੁਛ ਰੈਸਟੋਰੈਂਟ ਦੇ ਵਿੱਚ, ਚਾਹੇ ਕੋਈ ਪੈਟਰੋਲ ਪੰਪ, ਉਹ ਹਰ ਜਗ੍ਹਾ ਜੋਬ ਕਰਦੇ ਨੇ, ਕੋਈ ਸ਼ਰਮਾਉਂਦੇ ਨਹੀਂ, ਇੱਥੇ ਕੋਈ ਛੋਟੀ ਮੋਟੀ ਜਗ੍ਹਾ 'ਤੇ ਹਰ ਕੋਈ ਯੂਥ ਜਿਹੜਾ ਹੁੰਦਾ ਉਹ ਸ਼ਰਮਾਉਂਦਾ ਕਿ ਯਾਰ ਮੈਂ ਇਹ ਕੰਮ ਮੈਂ ਕਿੱਦਾਂ ਕਰਾਂ, ਇੱਥੇ ਤੁਸੀਂ ਦੇਖੋ KFC ਮੈਕਡੋਨਲਡਸ ਨੇ, ਪਰ ਯੂਥ ਇੱਥੇ ਦੇ ਕੰਮ ਨਹੀਂ ਕਰਦੇ, ਉੱਥੇ ਜਾ ਕੇ ਸਾਰੇ ਕੰਮ ਕਰਦੇ ਨੇ, ਬਟ ਉਹਨਾਂ ਦਾ ਇਹ ਕਹਿਣਾ ਕਿ ਇੱਥੇ ਪੈਸੇ ਘੱਟ ਮਿਲਦੇ ਆ, ਬਟ ਠੀਕ ਹੈ, ਤੁਸੀਂ ਪੈਸੇ ਘੱਟ ਮਿਲਦੇ ਤਾਂ ਇੱਥੇ ਖਰਚਾ ਵੀ ਉਸ ਹਿਸਾਬ ਨਾਲ ਹੈ, ਬਾਹਰ ਖਰਚਾ ਵੀ ਬਹੁਤ, ਤੁਸੀਂ ਬਾਹਰ ਜਾ ਕੇ ਦੇਖੋ, ਜੇ ਤੁਹਾਡਾ ਇੱਥੇ ਘਰ ਦਾ ਮਹੀਨਾ ਖਰਚਾ 50,000 ਦਾ, ਤਾਂ ਬਾਹਰ ਜਾ ਕੇ 5 ਲੱਖ ਦਾ, ਇੰਨਾ ਡਿਫਰੈਂਸ ਹੈ ਇੱਥੇ ਦੇ ਬਾਹਰ ਦੇ ਵਿੱਚ। ਅਤੇ ਤੁਸੀਂ ਕੀ ਚਾਹੁੰਦੇ ਹੋ ਕਿ ਜੋ ਵੀ ਕੋਈ ਵੀ ਪਾਰਟੀ ਆਏ ਅਤੇ ਯੂਥ ਲਈ ਕੁਛ ਕਰੇ ਜਾਂ ਜਿਵੇਂ ਚੱਲ ਰਿਹਾ ਠੀਕ ਹੈ? ਮੈਮ, ਬਹੁਤ ਕੁਛ ਚੇਂਜਸ ਕਰਨ ਦੀ ਲੋੜ ਨੇ, ਜਿੱਦਾਂ ਪਾਰਟੀਆਂ ਨੂੰ ਜੋਬਸ ਦੇਣੀ ਚਾਹੀਦੀ ਹੈ, ਦੇਖੋ ਇੰਨੇ ਅੱਜ ਕੱਲ੍ਹ ਇੰਨੇ ਬੱਚੇ ਵਗੈਰਾ ਇੰਨੀ ਸਟੱਡੀ ਕਰ ਰਹੇ, ਘਰੇ ਬੈਠੇ ਆ, ਕਿਸੇ ਨੇ ਗ੍ਰੈਜੂਏਸ਼ਨ ਕੀਤੀ, ਕਿਸੇ ਨੇ ਪੋਸਟ ਗ੍ਰੈਜੂਏਸ਼ਨ ਕੀਤੀ, ਕਿਸੇ ਨੇ MBA ਕੀਤੀ ਹੋਈ ਹੈ, ਬਟ ਜੋਬਸ ਨਹੀਂ ਹੈ,
ਇਹਦੇ ਵਿੱਚ ਮੈਮ ਇਹੀ ਆ, ਪਾਰਟੀਆਂ ਨੂੰ ਚਾਹੀਦਾ ਕਿ ਮਤਲਬ ਇੰਡੀਆ 'ਚ ਜੋਬਸ ਕ੍ਰੀਏਟ ਕਰਨ, ਜੋਬਸ ਮੈਮ ਕ੍ਰੀਏਟ ਕਰਨ ਲਈ ਚਲੋ ਅੱਗੇ ਨਾਲ ਕ੍ਰੀਏਟ ਹੋ ਰਹੀਆਂ, ਦੇਖੋ ਔਨਲਾਈਨ ਦਾ ਜ਼ਮਾਨਾ ਆ ਰਿਹਾ, ਸਭ ਕੁਝ ਚੇਂਜ ਹੋ ਰਿਹਾ ਇੰਡੀਆ 'ਚ, ਇੱਦਾਂ ਦੀ ਗੱਲ ਨਹੀਂ ਹੈ, ਬਟ ਬਹੁਤ ਚੇਂਜਿਸ ਦੀ ਨੀਡ ਹੋਣੀ ਵੀ ਹੈਗੀ ਹੈ, ਹਰ ਚੀਜ਼ ਦੀ ਚੇਂਜਿਸ ਦੀ ਬਹੁਤ ਨੀਡ ਹੈ, ਬਹੁਤ ਕੁਝ ਕਰਨਾ ਪਊਗਾ ਪਾਰਟੀਆਂ ਨੂੰ। ਅਤੇ ਬਾਕੀ ਮੈਮ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਇਸ਼ੂ ਨਸ਼ਿਆਂ ਦਾ, ਅਤੇ ਬਸ ਸਭ ਨੂੰ ਮੈਮ ਜਿਹੜਾ ਪਾਰਟੀਆਂ ਇਸ ਨਸ਼ਿਆਂ ਨੂੰ ਲੈ ਕੇ ਤੁਹਾਨੂੰ ਮਤਲਬ ਜਿਹੜੀ ਪਾਰਟੀ ਇੱਦਾਂ ਦਾ ਕੰਮ ਕਰਦੀ ਹੈ ਉਹਨੂੰ ਬਿਲਕੁਲ ਸਪੋਰਟ ਨਹੀਂ ਕਰਨੀ ਚਾਹੀਦੀ, ਉਹ ਤੋਂ ਦੂਰ ਰਹਿਣਾ ਚਾਹੀਦਾ ਅੱਜ ਕੱਲ੍ਹ ਦੇ ਯੂਥ ਨੂੰ, ਕਿ ਜਿਹੜੇ ਇੱਦਾਂ ਦੇ ਕੰਮ ਕਰਦੇ ਉਹਨਾਂ ਦਾ ਕਦੀ ਵੀ ਵੋਟ ਨਹੀਂ ਪਾਉਣੀ ਚਾਹੀਦੀ, ਜਿਹੜੇ ਤੁਹਾਨੂੰ ਇੱਕ ਸ਼ਰਾਬ ਦੀ ਬੋਤਲ ਦਿੰਦੇ ਜਾਂ ਪੈਸੇ ਲਾ ਦਿੰਦੇ ਉਹਨਾਂ ਦਾ ਕਦੀ ਵੀ ਵੋਟ ਨਾ ਪਾਓ, ਜਿਹੜੇ ਸਾਫ਼ ਸੁਥਰੀ ਅੱਛੀ ਰਾਜਨੀਤੀ ਕਰਦੇ ਤੁਸੀਂ ਉਹਨਾਂ ਨੂੰ ਵੋਟ ਪਾਓ, ਤੁਹਾਡਾ ਇਹ ਨਾ ਸੋਚੋ ਕਿ ਤੁਹਾਡਾ ਇੱਕ ਵੋਟ ਨਾਲ ਕੀ ਹੋਊਗਾ, ਤੁਹਾਡੇ ਇੱਕ ਇੱਕ ਵੋਟ ਕਰਕੇ ਹੀ ਅੱਛੀ ਪਾਰਟੀ ਅੱਛਾ ਕੈਂਡੀਡੇਟ ਚੂਜ਼ ਕੀਤਾ ਜਾਊਗਾ। ਵੈਰੀ ਨਾਈਸ, ਵੈਰੀ।